ਜੋ ਸਿਸਟਰ ਆਨਲਾਈਨ ਵਰਕ ਕਰਨਾ ਚਾਹਤੀ ਹੈ ਰਾਬਤਾ ਕਰੇ ਹਰ ਅਪਡੇਟ ਤੇਰਾ ਭਲਾ ਹੋ ਗਿਆ ਡਰਾ ਛੱਡਿਆ ਅਛਾ ਜੀ ਇਹ ਤਾਂ ਚਲੋ ਇੱਕ ਕਮੈਂਟ ਆ ਨਾ ਫਰੀਜ ਹੁੰਦਾ ਕਾਫੀ ਸਾਡੇ ਸਟਾਰ ਭਰਾ ਜਿਨ੍ਹਾਂ ਨੂੰ ਅੱਲਾ ਨੇ ਬੜੀ ਇੱਜ਼ਤ ਦਿੱਤੀ 2 2 4 4 5 5 10 10 20 20 ਹਜ਼ਾਰ ਰੁਪਈਆ ਲਾ ਕੇ ਆਪਣੇ ਲਿੰਕ ਲਾ ਰਹੇ ਆ ਜਾ ਕੇ ਲੋਕ ਉਹਨਾਂ ਦੇ ਫੈਨ ਫਾਲੋਇੰਗ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਇਹ ਯਕੀਨ ਕਰਦੇ ਕਿ ਐਡਾ ਵੱਡਾ ਸਟਾਰ ਬੰਦਾ ਇਹਨਾਂ ਦੀ ਇੰਨੀ ਇੱਜ਼ਤ ਆ ਇਹਨਾਂ ਨੇ ਲਿੰਕ ਲਾਇਆ ਤੇ ਬਿਲਕੁਲ ਠੀਕ ਹੋਏਗਾ ਸਾਡੇ ਵੀ ਇੱਕ ਬੜੇ ਪਿਆਰੇ ਜੇ ਦੋਸਤ ਨੇ ਨਾ ਕਮਲ ਸਿਸਟਰ ਦਾ ਲਿੰਕ ਲੱਗਾ ਹੋਇਆ ਸੀ ਬਾਕੀਆਂ ਦੇ ਤੇ ਚਲੋ ਮੈਂ ਨਾਂ ਨਹੀਂ ਲੈਣਾ ਵੀਡੀਓ ਮੈਂ ਕਾਫੀ ਸਟਾਰਾਂ ਦੀ ਚੱਕਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਉਹ ਨਹੀਂ ਕਮਲ ਸਿਸਟਮ ਨੇ ਲਿੰਕ ਲਾਇਆ ਸੀਗਾ ਤੇ ਉਹ ਤੇ ਫਰਾਡ ਨਹੀਂ ਹੋ ਸਕਦਾ ਮੈਂ ਕਿਹਾ ਠੀਕ ਹੋ ਗਿਆ ਜੀ ਉਹ ਉੱਥੇ ਚਲੇ ਗਏ ਜੀ ਜਾ ਕੇ ਉਹਨਾਂ ਨੇ 6 ਦਿਨ ਤੇ ਪਹਿਲਾਂ ਜ਼ਲੀਲ ਕੀਤਾ 6 ਦਿਨਾਂ ਤੋਂ ਬਾਅਦ ਜੀ ਉਹ ਕਹਿੰਦੇ 65000 ਰੁਪਇਆ ਦਵੋ ਉਸ ਤੋਂ ਬਾਅਦ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਇੱਕ ਤੁਹਾਨੂੰ ਗੱਲ ਦੱਸਾਂ ਨੈਟ ਦੀ ਦੁਨੀਆ ਤੇ ਕੋਈ ਬੰਦਾ ਵੀ ਤੁਹਾਨੂੰ ਇਹ ਕੰਮ ਕਹਿੰਦਾ ਨਾ ਕਿ 2500 1000 3000 ਰੁਪਇਆ ਇਨਵੈਸਟ ਕਰੋ ਤੇ ਫਿਰ ਕੰਮ ਸਟਾਰਟ ਕਰ ਸਕਦੇ ਹੋ ਸਭ ਫਰਾਡ ਆ ਅਗਰ ਪੈਸੇ ਲੈਣ ਤੋਂ ਬਗੈਰ ਕੋ ਤੁਹਾਡੇ ਕੋ ਕੰਮ ਕਰਵਾਉਂਦਾ ਤੇ ਬੇਸ਼ੱਕ ਕਰ ਲਿਓ 500 ਰੁਪਈਆ ਵੀ ਤੁਹਾਨੂੰ ਕਹਿੰਦਾ ਨਾ ਕਿ ਬੰਦੇ ਲੈ ਕੇ ਆਓ 500 ਰੁਪਈਆ ਐਡ ਕਰਾਓ ਔਰ ਪੈਸਾ ਕਮਾਓ ਉਹ ਸਭ ਧੋਖਾ ਤੇ ਇਹਨਾਂ ਸਟਾਰਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਨਾ ਖੁਦਾ ਦਾ ਨਾਮ ਜੇ ਲੋਕ ਤੁਹਾਡੇ ਤੇ ਟਰਸਟ ਕਰਕੇ ਜਾਂਦੇ ਨੇ ਔਰ ਕਾਫੀ ਜ਼ਿਆਦਾ ਲੋਕ ਜਿਹੜੇ ਫਸ ਵੀ ਜਾਂਦੇ ਹੋਣਗੇ ਕੁਛ ਖਿਆਲ ਕਰਿਆ ਕਰੋ ਤੁਸੀਂ ਤੇ 10 20 ਹਜ਼ਾਰ ਲੈ ਲੈਂਦੇ ਹੋ ਕਦੇ ਜਾ ਕੇ ਤੁਸੀਂ ਇਹ ਵੀ ਦੇਖਿਆ ਕਿ ਉਹ ਵਾਕਿਆ ਹੀ ਔਥੈਂਟਿਕ ਚੀਜ਼ ਆ ਜਿੱਥੇ ਤੁਸੀਂ ਲੈ ਕੇ ਜਾ ਰਹੇ ਹੋ ਜਿੱਥੇ ਆਪਣੀ ਫੋਲੋਇੰਗ ਤੁਸੀਂ ਭੇਜ ਰਹੇ ਹੋ 20 30 ਹਜ਼ਾਰ ਦੇ ਪਿੱਛੇ ਵਾਕਿਆ ਹੀ ਔਥੈਂਟਿਕ ਚੀਜ਼ ਆ ਲੋਕਾਂ ਨਾਲ ਫਰਾਡ ਤੇ ਨਹੀਂ ਕਰੇ ਖੁਦਾ ਦਾ ਨਾਮ ਜੇ ਆਪਣੀ ਆਪ ਆਈਡੀ ਬਣਾਇਆ ਕਰੋ ਆਈਡੀ ਬਣਾ ਕੇ ਸ਼ੋਅ ਕਰਵਾਇਆ ਕਰੋ ਤੇ ਫਿਰ ਆਪਣੇ ਫੈਨਾਂ ਨੂੰ ਉੱਤੇ ਲੈ ਕੇ ਜਾ ਕਰੋ ਤੁਸੀਂ 20000 ਲੈ ਕੇ ਤੇ ਵੀਡੀਓ ਬਣਾ ਚੜਦੇ ਹੋ ਫੈਨ ਜਾਣਨ ਤੇ ਫੈਨਾਂ ਦਾ ਕੰਮ ਜਾਣੇ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਚੱਕ ਕੇ 2-4000 ਰੁਪਇਆ ਇਨਵੈਸਟ ਕਰ ਦਿੰਦੇ ਆ ਉਸ ਤੋਂ ਬਾਅਦ ਕੁਝ ਵੀ ਨਹੀਂ ਤੇ ਅੱਲਾਹ ਪਾਕ ਤੁਹਾਨੂੰ ਹਦਾਇਤ ਦੇਵੇ ਤੇ ਵੀਡੀਓ ਬੁਰੀ ਲੱਗੀ ਹੋਵੇ ਤੇ ਮਾਫਰਤ